ਭੋਗਪੁਰ ਤੋਂ ਆਦਮਪੁਰ ਰੋਡ ਤੇ ਪੈਂਦੇ ਪਿੰਡ ਮਾਨ ਕਿਰਾਏ ਕੋਲ ਇੱਟਾਂ ਦੇ ਭੱਠੇ ਦੇ ਨਜ਼ਦੀਕ ਕਾਰ ਤੇ ਮੋਟਰਸਾਈਕਲ ਸਵਾਰ ਕੁਝ ਹਥਿਆਰਬੰਦ ਲੁਟੇਰਿਆਂ ਨੇ HDFC ਬੈਂਕ ਦੀ ਕੈਸ਼ ਵੈਨ ਵਿੱਚੋਂ 1,14,00,000 ਰੁਪਏ ਦੀ ਰਕਮ ਲੁੱਟੀ ਅਤੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਕੈਸ਼ ਵੈਨ ਭੋਗਪੁਰ ਤੋਂ ਆਦਮਪੁਰ ਵੱਲ ਜਾ ਰਹੀ ਸੀ। 3 ਪਲਸਰ ਮੋਟਰਸਾਈਕਲ ਸਵਾਰ ਅਤੇ 1 ਇੰਡੀਕਾ ਕਾਰ ਹਥਿਆਰਬੰਦ ਨੌਜਵਾਨਾਂ ਨੇ ਕੈਸ਼ ਵੈਨ ਦਾ ਪਿੱਛਾ ਕੀਤਾ ਅਤੇ ਉਕਤ ਘਟਨਾ ਨੂੰ ਪੂਰੇ ਫਿਲਮੀ ਅੰਦਾਜ਼ ਨਾਲ ਅੰਜਾਮ ਦਿੱਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਫਰਾਰ ਹੋ ਰਹੇ ਲੁਟੇਰਿਆਂ ਵਿੱਚੋਂ 1 ਲੁਟੇਰਾ ਪੁਲਿਸ ਨੇ ਕਰਤਾਰਪੁਰ ਨੇੜੇ ਪਿੰਡ ਚੀਮਾ ਤੋਂ ਮੁਕਾਬਲਾ ਕਰਕੇ ਗ੍ਰਿਫਤਾਰ ਕਰ ਲਿਆ, ਜਿਸ ਦੀ ਪਹਿਚਾਣ ਰਣਜੀਤ ਵਾਸੀ ਲੱਖਣ ਕੇ ਖੋਲੇ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਦੀ ਗੋਲੀ ਵਿੱਚ ਉਕਤ ਲੁਟੇਰਾ ਜ਼ਖਮੀ ਹੋ ਗਿਆ ਸੀ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।